ਦੇਸ਼ 'ਚ ਐਕਟਿਵ ਗੈਂਗਸਟਰ ਗਰੁੱਪਸ ਨੂੰ ਆਖਿਰ ਇੰਨੀ ਆਸਾਨੀ ਨਾਲ ਸ਼ੂਟਰਸ ਜਾਂ ਫਿਰ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਕਿੱਥੋਂ ਮਿਲ ਜਾਂਦੇ ਨੇ? ਇਸ ਦੇ ਨਾਲ ਹੀ ਇਹਨਾਂ ਸ਼ੂਟਰਸ 'ਚ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਕਦੇ ਕਿਸੇ ਵਾਰਦਾਤ ਨੂੰ ਅੰਜਾਮ ਤੱਕ ਨਹੀਂ ਦਿੱਤਾ ਗਿਆ ਹੁੰਦਾ। ਅਤੇ ਇਹੋ ਜਿਹਾ ਹੀ ਕੁਝ ਮੂਸਲਾ ਕਤਲ ਕੇਸ 'ਚ ਵੀ ਦੇਖਿਆ ਗਿਆ। AGTF ਦੇ ਅਫਸਰ ਸੰਦੀਪ ਗੋਇਲ ਦੇ ਵੱਲੋਂ ਇਸ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਗਿਆ, ਜਿਨ੍ਹਾਂ ਨੇ ਸਿੱਧੂ ਮੂਸਲਾ ਕਤਲ 'ਚ ਫੜੇ ਗਏ ਸ਼ੂਟਰਾਂ ਤੋਂ ਇੰਟੈਰੋਗੇਸ਼ਨ ਕੀਤੀ ਤਾਂ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ। ਸਿੱਧੂ ਮੂਸਲਾ ਕੇਸ 'ਚ ਲਾਰੈਂਸ ਅਤੇ ਮੂਸਲਾ ਦੇ ਸ਼ੂਟਰਾਂ ਕੋਲੋਂ ਇੰਟੈਰੋਗੇਸ਼ਨ ਕਰਨ ਵਾਲੇ AGTF ਦੇ ਅਫਸਰ ਸੰਦੀਪ ਗੋਇਲ ਨੇ ਦੱਸਿਆ ਕਿ ਇਹਨਾਂ ਗੈਂਗਸਟਰ ਗਰੁੱਪਸ ਦੇ ਵੱਲੋਂ ਆਪਣਾ ਦਬਦਬਾ ਬਣਾ ਕੇ ਰੱਖਣ ਲਈ ਵੀ ਕਿਤੇ ਨਾ ਕਿਤੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਜੋ ਇਹਨਾਂ ਦਾ ਡਰ ਬਣਿਆ ਰਹੇ। ਦੂਜਾ, ਇਹ ਗੈਂਗਸਟਰ ਗਰੁੱਪਾਂ ਦੇ ਵੱਲੋਂ ਹੁਣ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਈ ਇਹੋ ਜਿਹੇ ਮੁੰਡਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪਹਿਲਾਂ ਕਦੇ ਕਿਸੇ ਕ੍ਰਾਈਮ ਨੂੰ ਅੰਜਾਮ ਨਹੀਂ ਦਿੱਤਾ ਹੁੰਦਾ ਹੈ। ਕਈ ਵਾਰ ਤਾਂ ਉਹਨਾਂ ਨੂੰ ਪਤਾ ਤੱਕ ਨਹੀਂ ਹੁੰਦਾ ਕਿ ਉਹਨਾਂ ਨੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ। ਸਭ ਕੁਝ ਮੌਕੇ 'ਤੇ ਕਰਵਾਇਆ ਜਾਂਦਾ ਹੈ। ਅਤੇ ਸਿੱਧੂ ਮੂਸਲਾ ਕੇਸ 'ਚ ਵੀ ਜੋ ਸ਼ੂਟਰ ਸੀ ਉਹਨਾਂ 'ਚ ਮਹਾਰਾਸ਼ਟਰ ਦੇ ਵੀ ਕੁਝ ਸ਼ੂਟਰ ਸ਼ਾਮਿਲ ਸੀ। ਅਤੇ ਸੰਦੀਪ ਗੋਇਲ ਨੇ ਦੱਸਿਆ ਕਿ ਜਦੋਂ ਉਹਨਾਂ ਕੋਲੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਹਨਾਂ ਨੂੰ ਸਿੱਧੂ ਮੂਸਲਾ ਦੇ ਬਾਰੇ ਪਤਾ ਹੀ ਨਹੀਂ ਸੀ ਕਿ ਉਹਨਾਂ ਨੇ ਕਿਸਦਾ ਕਤਲ ਕੀਤਾ ਹੈ ਅਤੇ ਕਿਉਂ ਕੀਤਾ। ਉਹ ਨਹੀਂ ਜਾਣਦੇ ਸੀ ਕਿ ਉਹਨਾਂ ਨੇ ਪ੍ਰਸਿੱਧ ਗਾਇਕ ਅਤੇ ਕਾਂਗਰਸ ਪਾਰਟੀ ਦੇ ਇੱਕ ਲੀਡਰ ਦਾ ਕਤਲ ਕੀਤਾ। ਅਤੇ ਮੂਸਲਾ ਕੇਸ 'ਚ ਅੰਕਿਤ ਸਿਰਸਾ ਵੀ ਇੱਕ ਇਹੋ ਜਿਹਾ ਹੀ ਸ਼ੂਟਰ ਸੀ ਜਿਸ ਨੇ ਪਹਿਲਾਂ ਕਦੇ ਕਿਸੇ ਵੀ ਕ੍ਰਾਈਮ ਨੂੰ ਅੰਜਾਮ ਨਹੀਂ ਦਿੱਤਾ ਸੀ ਪਰ ਮੂਸਲਾ 'ਤੇ ਉਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਅਤੇ ਇਸ ਦੇ ਨਾਲ ਹੀ ਇਹ ਸ਼ੂਟਰ ਕਿਵੇਂ ਇਹਨਾਂ ਨੂੰ ਮਿਲ ਜਾਂਦੇ ਨੇ ਤਾਂ ਇਸ ਬਾਰੇ ਵੀ ਗੱਲ ਕਰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਘੱਟ ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹ ਕੰਮ ਕਰਵਾਇਆ ਜਾਂਦਾ ਹੈ। ਅਤੇ ਦੂਜਾ, ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਇਹ ਸਭ ਕੁਝ ਉਹਨਾਂ ਤੋਂ ਧੋਖੇ ਨਾਲ ਕਰਵਾਇਆ ਜਾਂਦਾ ਹੈ ਅਤੇ ਕ੍ਰਾਈਮ ਤੋਂ ਬਾਅਦ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਉਹ ਕਿੰਨੇ ਵੱਡੇ ਜੁਰਮ ਨੂੰ ਅੰਜਾਮ ਦੇ ਬੈਠੇ ਨੇ। ਇਹ ਸਭ ਕੁਝ AGTF ਦੇ ਅਫਸਰ ਸੰਦੀਪ ਗੋਇਲ ਦੇ ਵੱਲੋਂ ਇੱਕ TV ਇੰਟਰਵਿਊ ਦੇ ਦੌਰਾਨ ਦੱਸਿਆ ਗਿਆ। ਬਾਕੀ ਤੁਹਾਡੀ ਕੀ ਸੋਚ ਹੈ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਮੈਂਟਸ ਰਾਹੀਂ। ਅਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ, ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।